दारू पिया पिया तो काम कराई जाने तुसी। भाई मेरी गल सुन ला, तेरा बंदा नहीं आया घर, ना साडा सीरी आया, वो तो सीरी दे नाले है, जिथे सीरी है उथे तेरा बंदा है। हाँ। घरे है ही नहीं भेने, मैं दसदा नहीं मैं की करावना जदों। मैनू लगदा तुसी मरवाता हो, ਮੈਨੂੰ ਲੱਗਦਾ ਤੁਹਾਡਾ ਸੀਰੀ ਵੀ ਇਹ ਜਾ ਤੁਹਾਡੇ ਤੇ ਕੇਸ ਕਰੂ ਹੁਣ ਮੈਂ ਨਹੀਂ ਮਰ ਜਾ ਅਸੀਂ ਮਰਵਾ ਕੇ ਚੋ ਕੀ ਕੱਢਣਾਗਾ ਅਸੀਂ ਕੋ ਉਹਦੇ ਵਿਸਵੇ ਸਾਹਮਣੇ ਨੇ ਮੈਨੂੰ ਨਹੀਂ ਪਤਾ ਮੇਰਾ ਤਾਂ ਬੰਦਾ ਲਿਆ ਕੇ ਦੋ ਨਹੀਂ ਮੈਂ ਤਾਂ ਤੁਹਾਡੇ ਸਾਰੇ ਤੇ ਕੇਸ ਕਰਕਾ ਹੂੰ ਵਿੱਚ ਸੀਰੀ ਨੂੰ ਫਸਾਉਣ ਨਾਲੇ ਸਾਰਿਆਂ ਨੂੰ ਫਸਾਉਣ ਲੈ ਹੈ ਸਿਆਪਾ ਹੋਗਾ ਜਾਨ ਨੂੰ ਹੁਣ ਮੈਂ ਬੰਦਾ ਤੇਰਾ ਕਿੱਥੋਂ ਹਾਜ਼ਰ ਕਰਾਂ ਜਦੋਂ ਮੈਨੂੰ ਪਤਾ ਹੀ ਨਹੀਂ ਮਗਾਏ ਕਿੱਥੇ ਨੇ ਨਾ ਤੁਸੀਂ ਭੇਜਿਆ ਕਿਉਂ ਤੀ ਹੋਰ ਬੰਦੇ ਮਰ ਗਏ ਪਿੰਡ 'ਚ ਇਕੱਲਾ ਲਾਪਾ ਹੀ ਦਿਖਦਾ ਤੀ ਤੁਹਾਨੂੰ ਮੇਰਾ ਘਰ ਜਾੜਨਾ ਤੀ ਨਹੀਂ ਮੈਂ ਕਾਹਨੂੰ ਭੇਜਿਆ ਫਿਰ ਉਹ ਆਪੇ ਲੈ ਕੇ ਗਏ ਨੇ ਖੇਤ ਬੰਨੇ ਫਿਰਦੇ ਹੋਣਗੇ ਕਿਤੇ ਆਏ ਕਿਵੇਂ ਫਿਰਦੇ ਹੋਣਗੇ ਮੈਂ ਸੀਰੀ ਨੂੰ ਸਾਡਾ ਘਰ ਕਿਵੇਂ ਦਿਖ ਗਿਆ ਜੇ ਤੁਸੀਂ ਸੀਰੀ ਭੇਜਿਆ ਤਾਂ ਹੀ ਗਿਆ ਸਾਡੇ ਘਰੇ ਹੋ ਨਹੀਂ ਮੈਂ ਕਾਹਨੂੰ ਭੇਜਦੀ ਆ ਨਾਲੇ ਮੇਰੀ ਸੀਰੀ ਕਿੱਥੇ ਸੁਣਦਾ ਗੱਲ ਉਹ ਤਾਂ ਆਪਦੇ ਬਾਬੇ ਨਾਲ ਚੱਲਦਾ ਜਿਵੇਂ ਉਹ ਕਹਿੰਦਾ ਉਹ ਮੈਂ ਉਹ ਕਰਦਾ ਮੈਨੂੰ ਨਹੀਂ ਪਤਾ ਵੀਰ ਕਿੱਥੇ ਗਏ ਨੇ ਕਰਨੈਲ ਨੇ ਮਰਵਾਇਆ ਹੋਊਗਾ ਜੇ ਕਰਨੈਲ ਨੇ ਉਹ ਭੇਜਿਆ ਤਾਂ ਕਰਕੇ ਲੈ ਕੇ ਗਿਆ ਮੇਰੇ ਬੰਦੇ ਲੈ ਦੇਖ ਲੈ ਹੈ ਤੂੰ ਜਾਣੇ ਕਰਨੈਲ ਜਾਣੇ ਫਿਰ ਮੈਨੂੰ ਤਾਂ ਪਤਾ ਨਹੀਂ ਹੈਗਾ ਮੇਰਾ ਦਿਮਾਗ ਨਾ ਖਰਾਬ ਕਰੋ ਮੈਂ ਹੁਣ ਕਿੱਥੋਂ ਹਾਜ਼ਰ ਕਰਾਂ ਉਹਨੂੰ ਨਾ ਕਿਉਂ ਨਾ ਹਾਜ਼ਰ ਕਰੇ ਤੇਰੇ ਬੰਦਾ ਤੂੰ ਉਹਨੂੰ ਪੁੱਛ ਕਿੱਥੇ ਹੈਗਾ ਬੁਲਾ ਉਹਨੂੰ ਪੁੱਛ ਮੇਰਾ ਬੰਦਾ ਕਿੱਥੇ ਛੱਡ ਕੇ ਆਏ ਨੇਗੇ ਪਤਾ ਨਹੀਂ ਕਿੱਥੇ ਅੰਦਰ ਮਰਦਾ ਹੋਣਾ ਆ ਗੱਲ ਸੁਣ ਲੈ ਬਾਹਰ ਆ ਕੇ ਮੇਰੇ ਸਾਲਕੜਾ ਨੇ ਕਿਵੇਂ ਪਾਇਆਗਾ ਕੀ ਹੋ ਗਿਆ ਕੀ ਹੋ ਗਿਆ ਘਰੀ ਤਾਂ ਹੈਗਾ ਮੈਂ ਹੈ ਗੋਲੀ ਵੱਜੀ ਮਿੰਟ 'ਚ ਹੀ ਕਿਹੜੀ ਆ ਦੇਖਾ ਲਾਭਪੁਰ ਆਈ ਬੈਠੀ ਆ ਹੈ ਆ ਦੇਖ ਲੈ ਹੈ ਦਰਸ਼ਨ ਲਾਭਪੁਰ ਦੇ ਕੀ ਹੋ ਗਿਆ ਗੱਲ ਤਾਂ ਦੱਸ ਦੇ ਗੱਲ ਕੀ ਹੋ ਗਈ ਹੋਣਾ ਕੀ ਆ ਮੇਰਾ ਬੰਦਾ ਨਹੀਂ ਕੱਲ ਦਾ ਘਰੇ ਆਇਆ ਤੁਹਾਡਾ ਸੀਰੀ ਲੈ ਕੇ ਗਿਆਗਾ ਮਰਵਾਉਂਗੇ ਮੇਰੇ ਬੰਦੇ ਨੂੰ ਵੀ ਤੁਸੀਂ ਹਾਂ ਦੇਖ ਲੈ ਘਰੇ ਆਏ ਨਹੀਂ ਹੈਗੇ ਅਜੇ ਉਹ ਹੈ ਜੇ ਆਏ ਹੁੰਦੇ ਫਿਰ ਮੇਰਾ ਕੀ ਦਿਮਾਗ ਭੰਮਿਆ ਦੀ ਵੀ ਮੈਂ ਤੁਹਾਡੇ ਘਰੇ ਗੇੜੀ ਮਾਰਾ ਤੜਕੀ ਤੜਕੇ ਉਹ ਤਾਂ ਹੋਰ ਆ ਭਾਈ ਲੱਭ ਮੈਂ ਤੈਨੂੰ ਗੱਲ ਦੱਸਦਾ ਕੱਲ ਅਸੀਂ ਜਦੋਂ ਕੱਟੇ ਨੂੰ ਲੱਭਣ ਗਿਆ ਸਮਝ ਵੀ ਉਦੋਂ ਬਾਅਦ ਮੈਨੂੰ ਮੇਰੇ ਸਾਲੇ ਠੇਕੇ ਤੇ ਮਿਲਣਿਓ ਕੱਟੇ ਨੂੰ ਲੱਭਣ ਕੱਟਾ ਭੱਜ ਗਿਆ ਨਾ ਆਪਣਾ ਪ੍ਰਾਉਣਾ ਸਮਝੋ ਹਾਏ ਮੈਂ ਮਰ ਜਾ ਬੇ ਕਿੱਡੇ ਕਿੱਡੇ ਝੂਠ ਬੋਲਦੇ ਪਿੱਟਲਾ ਤੁਹਾਨੂੰ ਨਾ ਮੇਰੀ ਗੱਲ ਸੁਣ ਤੁਹਾਡਾ ਸੀਰੀ ਤਾਂ ਮੈਨੂੰ ਐ ਕਹਿ ਕੇ ਗਿਆ ਕਿ ਕੱਟੇ ਦੀ ਬਹੂ ਬਿਮਾਰਾਂ ਨੂੰ ਹਸਪਤਾਲ 'ਚ ਦਾਖਲ ਕਰਨ ਲੈ ਕੇ ਜਾਂਦਿਆ ਮੇਰੀ ਗੱਲ ਸੁਣ ਲੈ ਜੇਠਾ ਜੇ ਮੇਰੇ ਬੰਦੇ ਨੂੰ ਕੁਛ ਹੋ ਗਿਆ ਨਾ ਤੁਹਾਨੂੰ ਸਾਰਿਆਂ ਨੂੰ ਜੇਲ੍ਹ ਕਰਾ ਦੂੰ ਮੈਂ ਓਹੋ ਮੇਰੀ ਗੱਲ ਤਾਂ ਸੁਣ ਲਾ ਭਾਈ ਗੱਲ ਤਾਂ ਸੁਣ ਲਾ ਤੂੰ ਬਾਈ ਆ ਥੱਲੇ ਹਾਏ ਮੈਂ ਮਰ ਗਿਆ ਮੇਰਾ ਬੰਦਾ ਓ ਨਹੀਂ ਓਹੋ ਹੜਤਾ ਜਾ ਬੰਦੇ ਨੂੰ ਮੇਰਾ ਸਾਲਾ ਗੱਗੂ ਗੱਲਾ ਹੋ ਗੱਗੂ ਗੱਲਾ ਹੋ ਇੱਥੇ ਫਰਦਾਊਗਾ ਕਿਤੇ ਮੇਰੀ ਗੱਲ ਸੁਣ ਤੂੰ ਉਹ ਤਾਂ ਫਿਰ ਸਿੱਟ ਹੋ ਗਏ ਮੇਰੇ ਸਾਲੇ ਉਹ ਜਾ ਦੇ ਅਸੀਂ ਭਾਗੇ ਖੇਤ ਨੂੰ ਕੋਈ ਗੱਲ ਨਹੀਂ ਜਾ ਤਾਂ ਉਹ ਜਿੰਦਰ ਕੇ ਘਰੇ ਬੈਠੇ ਹੋਣੇ ਇੱਕ ਲਾਬਾ ਥੋੜਾ ਜਿਹਾ ਲਾਲਚ ਕਰਦਾ ਪੀਣ ਦਾ ਕੋਈ ਨਹੀਂ ਲਾਲਚ ਕਰਦਾ ਦੇਖ ਮੇਰੇ ਸਾਹਮਣੇ ਮੇਰੇ ਬੰਦੇ ਦੀ ਬੇਇੱਜ਼ਤੀ ਨਾ ਕਰ ਖਾਖਾ ਪਾੜ ਦੂ ਜੇਠਾ ਮੈਂ ਭਾਈ ਮੇਰੀ ਗੱਲ ਡਟਾਉਂਦੀ ਹੈ ਘਰੇ ਆ ਖੜ ਜਾ ਗੱਲ ਕਰ ਲੈ ਮੈਂ ਜਦੋਂ ਸਿਆੜਾ ਬੰਦਾ ਵਿੱਚ ਬੋਲਦਾ ਤੇਰਾ ਕੀ ਮਤਲਬ ਆ ਬੋਲਣ ਦਾ ਮੈਂ ਗੱਲ ਕਰੀ ਜਾਂਦਾ ਕਰ ਲੈ ਗੱਲ ਹੱਦ ਹੋਈ ਪਈ ਆ ਮੇਰੇ ਯਾਰ ਉਹ ਭਾਈ ਤੂੰ ਤਾਂ ਹਜੇ ਕੱਲ ਆਈ ਆਗੀ ਤੈਨੂੰ ਕੀ ਪਤਾ ਲਾਬੇ ਬਾਰੇ ਮੈਂ ਜਾਣਦਾ ਲਾਬੇ ਨੂੰ ਚੰਗੀ ਤਰ੍ਹਾਂ ਮੇਰੀ ਗੱਲ ਸੁਣ ਕੋਈ ਨਾ ਉਹ ਪੀਣ ਦਾ ਲਾਲਚ ਕਰਦਾ ਲੱਭ ਲਿਆਉਂ ਮੈਂ ਆਪੀ ਇੱਥੇ ਹੋਣੇ ਕਿਤੇ ਤੂੰ ਟਕਾ ਰੱਖ ਕਿਉਂ ਝੂਠ ਬੋਲਦਾ ਜੇਠਾ ਮੇਰੇ ਤਾਂ ਬੰਦੇ ਨੇ 6 ਮਹੀਨੇ ਹੋ ਗਏ ਦਾਰੂ ਤੇ ਹੱਥ ਵੀ ਨਹੀਂ ਲਾਇਆ ਉਹੀ ਬਦਨਾਮ ਕਰਦਾ ਫਿਰਦਾਗਾ ਜਿੱਦਣ ਦਾ ਮਸ਼ੀਨ ਤੋਂ ਆਇਆ ਐ ਵੀ ਨਹੀਂ ਮੈਂ ਅੱਖੀ ਵੀ ਦੇਖਿਆ ਹੋਊਗਾ ਵੀ ਹਾਂ ਅੱਜ ਦਾਰੂ ਸਾਡੇ ਘਰੇ ਆ ਗਈ ਕਿਉਂ ਝੂਠ ਬੋਲਦਾਗਾ ਚੁੱਪ ਕਰਕੇ ਮੇਰਾ ਬੰਦਾ ਭਾਲ ਕੇ ਲਿਆ ਦੋ ਨਹੀਂ ਫਿਰ ਮੈਥੋਂ ਬੁਰਾ ਨਹੀਂ ਉਹ ਭਾਈ ਦਾਰੂ ਦੇ ਹੱਥ ਕੀ ਉਹਦਾ ਸਣੇ ਪੈਰ ਲਾਉਂਦਾਗਾ ਦਾਰੂ ਦੇ ਇੱਕਦਮ ਮਰਨ ਵਾਲਾ ਹੋ ਜਾਂਦਾ ਉਹ ਹੈ ਦਾਰੂ ਪਿਸਦਾ ਕਤਲ ਕਰਦੇ ਉਹ ਕਿਹੜੀਆਂ ਗੱਲਾਂ ਕਰਦੀਆਂ ਤੂੰ ਜੇਠਾ ਮੁੱਦੇ ਦੀ ਗੱਲ ਤੇ ਆ ਜਾ ਦਾਰੂ ਵਾਲੀ ਗੱਲ ਵਿੱਚ ਬਾੜ ਕੇ ਤੂੰ ਗੱਲ ਟਾਲਣ ਨੂੰ ਫਿਰਦਾ ਹੁਣ ਮੇਰੀ ਗੱਲ ਸੁਣ ਦੇਖ ਆਪਾਂ ਭਾਈ ਦੋਨੇ ਜਾਣੇ ਬਾਗ ਚੱਲਦਾ ਲੱਭ ਲਿਉੜਿਆ ਹੋਰ ਕੀ ਆ ਫਿਰ ਲੱਭਣਾ ਹੀ ਪਊਗਾ ਹਾਂ ਚੱਲ ਆਪਾਂ ਬਾਗ ਚੱਲਦਾ ਮੈਂ ਮੋਟਰਸਾਈਕਲ ਹੱਕ ਲਾੜਾ ਆਪਾਂ ਦੋਨੇ ਜਾਣੇ ਬਾਗ ਚੱਲਦੇ ਆ ਕਿੱਥੇ ਬਹਿ ਜਾ ਕਿਤੇ ਨਹੀਂ ਜਾਣਾ ਇਹਨੂੰ ਨਾਲ ਜਾ ਕੇ ਪਿੰਡ 'ਚ ਤਾਂ ਗੱਲਾਂ ਕਰਵਾਉਣੀਆਂ ਨੇ ਟਿਕਦਾ ਹੀ ਨਹੀਂ ਹੁੰਦਾ ਉਹ ਹੁਣ ਲੋਕਾਂ ਦਾ ਥੋੜਾ ਮੂੰਹ ਫੜਾ ਗਿਆ ਆਪਾਂ ਸਰੀਕੇ 'ਚ ਤਾਂ ਦੁੱਖ ਦੇ ਸੁੱਖ ਦੇ ਜਾਣਾ ਪੈਂਦਾ ਜੇ ਆਪਾਂ ਮੇਰੀ ਗੱਲ ਸੁਣ ਜੇ ਮਰ ਗਿਆ ਕਰੋੜ ਰੁਪਇਆ ਮੰਗੂਗੀ ਮਰੀ ਜਾਂਦੀ ਆ ਪੰਖੀ ਜਾਂਦੀ ਆ ਆਹੋ ਚੱਲ ਭਾਈ ਆਪਾਂ ਚੱਲਦੇ ਆ ਕੋਈ ਨਾ ਮੈਂ ਮੋਟਰਸਾਈਕਲ ਲਿਆਉਣਾ ਹੱਕ ਕੇ ਚੰਗਾ ਤੂੰ ਐਂ ਕਰ ਮਾੜਾ ਦੁੱਧ 'ਚ 4 ਦਾਣੇ ਚਾਹ ਦੇ ਪਾਲਿਆ ਲਾਭੋ ਨੂੰ ਹੋਰ ਬਸ ਪੀਤੀਆਂ ਹੋਈਆਂ ਨੇ ਤੁਹਾਡੀਆਂ ਚਾਹਾਂ ਮੇਰਾ ਬੰਦਾ ਭਾਲ ਕੇ ਦੇ ਦਿਓ ਮੈਨੂੰ ਨਹੀਂ ਲੋੜ ਤੁਹਾਡੀਆਂ ਚਾਹਾਂ ਦੀ ਦਿਲ ਜਾ ਖੜ ਜੂ ਮਹਾ ਮਾੜਾ ਜਾ ਹੈ
टंगी फिर मोटरसाइकलां ते है बहाने भाल कंजर बहाने आही करतूत है तेरी बस मोटरसाइकिल लाभो ते बरीतो जोग ही रह गया मैनू तां कदे कदे लेके नहीं गया ये लोगों जोगरा मोटरसाइकिल है टंगी फिर इन्हां नू करा लै गल्लां लोगों तो पहला बड़े झंडे झूलते ने तेरे बेशर्म बंदा काका मैनू 6 महीने का छाप चाहिए राजे साहब किताब नू की आता है मकन ते मरू रखड़ा लिहाज लिहाज वाले थामे एक गल हुई साहब तुम तो कराया था उदन बहुत बड़े बड़े दा फर्क पै जांदा पैसे च तां आपां खड़े आ बंदे यार पैसे दित्ते हैगे ने परसों ओदा छाप भी मैनू चाहिए परसों पैसे दित्ते हैगे ने तैनू मैं मैनू किथे दित्ता तां 200 रुपया दित्ता रुपया बाकी करोड़ां दा साहब तेरे लवे साहब किताब नू कुछ नहीं हुंदा चल तोरा मैं कतले तो मरूं मुक्की झूठ बोली जांदा हुन्ना 6 महीने दा छाप दे मैनू बैंक वाले दा फोन आया की कहंदे कहंदे खाते च धरी जांदा काका पैसे ना बस कापी देख ला कुछ नहीं हैगा मेरे लवे मैं कापी पार दूं सही दच दे इत्थे बैठ दच मैं के बैठे चल तोरा आया मैं कन्न ते मरूं मैनू सही साहब चाहिदा कन्नी तक कुंडी लई है 6 महीने च किन्ना खर्चा किथे आया किन्ना मिर्जापुर ते पर्चियां कटाइयां ने सारा साहब चाहिदा मैनू मेरे लो कोई साहब नहीं हैगा हुण ਵਾਕਿਆ ਝੂਠ ਨਾ ਬੋਲਿਆ ਕਰ ਅਬ ਜੇ ਗੁਰੂ ਨੂੰ ਨਾ ਝੂਠ ਬੋਲਿਆ ਕਰ ਮੈਂ ਤੈਨੂੰ ਦੱਸਤੀ ਗੱਲ ਇਦੋਂ ਪਹਿਲਾਂ ਮੈਂ ਬੇਈਮਾਨ ਹੋ ਜਾ ਦੱਸ ਦੇ ਤੂੰ ਹੈ ਨਹੀਂ ਗਤਾ ਮੇਰਾ ਮਨ ਭੜਕਦਾ ਮੈਂ ਜੁੱਤੀ ਫੇਰ ਦੂੰ ਸਹੀ ਦੱਸ ਦੇ ਕੁਛ ਨਹੀਂ ਹੈਗਾ ਚੱਲ ਤੁਰ ਤੂੰ ਕੁਛ ਕੰਮ ਨਹੀਂ ਹੈਗਾ ਤੂੰ ਕਿੰਨੇ ਪੈਸੇ ਖਾ ਗਿਆ ਉਹ ਮੇਰੇ ਮੈਂ ਕੁਛ ਨਹੀਂ ਖਾਦਾ ਤਾਂ ਇਹ ਉਹੀ ਕਰੀ ਨਾ ਝੂਠ ਨਾ ਬੋਲ ਖਾਤੇ ਤਾਂ ਪਰ ਰੱਖਣ ਹਰ ਵਾਰ ਪਿਆ ਖਾ ਗਿਆ ਤੂੰ ਮੇਰਾ ਤੇਰੀ ਜ਼ਿੰਦਗੀ ਦਾ ਖਾਤਾ ਬੰਦ ਕਰੂੰ ਹੁਣ ਮੈਂ ਚੱਲ ਖਾਦੇ ਨੇ ਹੋਰ ਤੂੰ ਹੀ ਹਟਦਾ ਨਹੀਂ ਹੈਗਾ ਕਰਦੇਗਾ ਤੂੰ ਫਿਰ ਹਾਂ ਫਿਰ ਤੂੰ ਮੈਂ ਬਾਲਾ ਕਰ ਲੂੰ ਚੱਕ ਕੇ ਫਿਰਦੇਗਾ ਤੂੰ ਪਾਣ ਤੂੰ ਜੁੱਤੀ ਫੇਰ ਤੂੰ ਮੈਂ ਅਬ ਜੇ ਤਾਂ ਵੱਡੇ ਟੇਟ ਚੱਕਦਾ ਤੂੰ ਗੁਰੂ ਤੇ ਅੱਜ ਪਰ ਹਟਦੇ ਨਹੀਂ ਤੂੰ ਸਰ ਚੜੀਆਂ ਨਾ ਤੜਕੇ ਦਾ ਦੇਖਿਆ ਨਾ ਮੈਂ ਕਰੋੜਾਂ ਰੁਪਿਆ ਖਾ ਕੇ ਤੂੰ ਕਾਲਾ ਤਲ ਖਾ ਕੇ ਬੰਨੂ ਅਜੇ ਬੜਾ ਤੱਚਦਾ ਚੱਲ ਕਰੇ ਚੱਲੋ ਮਾਈਲੀ ਜਾਂਦਾ ਜਾਂ ਪਗ ਜਾਂ ਚੜਦਾ ਉਰ ਬੜੀ ਜਾਨਾ ਮਦਾ ਬੱਚ ਕੀ ਜਾਣ ਇਹ ਜਾਂ ਮਾਰ ਕੇ ਕਣਕ ਚ ਛੱਡ ਦਾਂਦਾ ਕੀ ਕਰਦਾ ਮੈਂ ਕੱਲਾ ਬੰਦਾ ਉਰੇ ਕਹੇ ਜਾ ਤਾਂ ਪਿਆ ਇਹ ਨਾਲ ਤਾਂ ਪੈਸੇ ਖਾ ਗਿਆ ਉੱਤੋਂ ਨਾਲੇ ਅਜੇ ਗਲ ਫੜਦਾ ਦੇਖ ਲਾ ਕੱਢੂ ਐਡੂ ਵੀ ਕਾਕੇ ਜਨ ਬੱਚਾ ਪਤਾ ਜਿੱਤ ਮੂੰਹ ਲਾਉਂਦੇ ਨਹੀਂ ਇਹ ਜਿਹਦਾ ਕੀ ਪਤਾ ਇਹਨੂੰ ਛਾਇਆ ਕਿਸੇ ਬੰਦੇ ਦੀ ਮਾਂ ਕਰ ਮੈਨੂੰ ਲੱਗ ਗਿਆ ਪਤਾ ਇਹਤੇ ਹੱਥ ਆ ਗਿਆ ਕਿਸੇ ਬੰਦੇ ਦਾ ਇਹ ਜੇ ਦਾ ਕੀ ਪਤਾ ਕਦੋਂ ਟਾਈਮ ਚੁਕਾ ਦੇ 2 ਵਜੇ ਪਏ ਨੇ ਲੈ ਨੰਗਲ ਮਣਾ ਇੱਧਰ ਦਿਓ ਹੋ ਜਾ ਖੇਤਾਂ ਵਿੱਚ ਦੀ ਸਾਰੀ ਸਾਰੀ ਇਹ ਰਾਤ ਲੰਘੀ ਮੇਰੀ ਤਾਂ ਇਹ ਬੜੇ ਚ ਕਦੇ ਇੱਧਰੋਂ ਇੱਧਰ ਇੱਧਰੋਂ ਇੱਧਰ ਹਿਸਾਬ 'ਚ ਨਹੀਂ ਆ ਰਹੀ ਗੱਲ ਲੈ ਇਹਦਾ ਦੇਖੇ ਤਾਂ ਐਂ ਪਿਆ ਜਿਵੇਂ ਬੈਠਦੇ ਪਏ ਹੁੰਦੇ ਤਾਂ ਫਰਕ ਹੀ ਕੋਈ ਨਹੀਂ ਮੇਰੀ ਸਾਰੀ ਰਾਤ ਵਿਪਤਾ 'ਚ ਲੰਘੀ ਇਹ ਤਾਂ ਹੈ ਨਹੀਂ ਬੰਦੇ ਕੰਮ ਦੇ ਯਾਰ ਤਾਂ ਪਕਾਈ ਕਰਾਉਂਦੇ ਨੇ ਬੰਦੇ ਦੀ ਬਹੁਤ ਕੁਛ ਆ ਚੜਿਆ ਤੇਰੇ ਤੇ ਤਾਂ ਸੂਰਜ ਡਿੱਗਿਆ ਤੇਰੇ ਤੇ ਆ ਜਾ ਕਿਹੜਾ ਹੈ ਉਹ ਮਹੀ ਆ ਓਏ ਠੇਕੇਦਾਰ ਨੂੰ ਕਹ ਲਾਈਟ ਬੰਦ ਕਰ ਯਾਰ ਉਹ ਪ੍ਰਾਹੁਣੇ ਸੂਰਜ ਚੜ ਗਿਆ ਸੂਰਜ ਕਿਹੜਾ ਗੋਗੀ ਬਣਿਆ ਲਾਈਟ ਦਾ ਉਹ ਗੋਗੀ ਕਾਹਨੂੰ ਇਹਦਾ ਲਾਬਾ ਲਾਬਾ ਮੈਂ ਲਾਬਾ ਮੈਂ ਕਹਿੰਦਾ ਤੇਰੇ ਦਿਮਾਗ ਵੀ ਹਿਲ ਗਿਆ ਆ ਓਏ ਇੱਥੇ ਰਾਤ ਗੋਗੀ ਨਹੀਂ ਸੀ ਬੈਠਾ ਆਪਣੇ ਕੋਲੇ ਉਹ ਕਿਹੜਾ ਗੋਗੀ ਹੈ ਉਹਦਾ ਸਭ ਲੰਘੇ ਮੇਰਾ ਸਾਲਾ ਧੱਕਾ ਕਿਹੜਾ ਬੇਈਮਾਨ ਮਾਰ ਗਿਆ ਮੈਨੂੰ ਧੱਕਾ ਕਾਹਨੂੰ ਮਾਰ ਗਿਆ ਤੂੰ ਤਾਂ ਆਪ ਹੀ ਡਿੱਗ ਗਿਆ ਹਾਏ ਓਏ ਹੈ ਮੇਰੇ ਸਾਲ ਦੀ ਹੁਣ ਅੱਖ ਲੱਗੀ ਤੀ ਲਾਬਿਆ ਹੁਣੀ ਕਹਿੰਦਾ ਬੇੜਾ ਪੈ ਗਿਆ ਤੇਰੀ ਹੁਣ ਅੱਖ ਲੱਗੀ ਦੀ ਸਾਰੀ ਰਾਤ ਦਾ ਖਰਾੜੇ ਮਾਰੀ ਜਨਾ ਮੈਂ ਤੇਰੇ ਆਲੇ ਦਾਲੇ ਦੀ ਗੇੜੇ ਚੱਕੀ ਵਾਂਗੂ ਦੇਗਾ ਮੇਰੇ ਤਾਂ ਸ਼ਾਮ ਦਾ ਜ਼ੋਰ ਪੈ ਰਿਹਾ ਜੀ ਮਨਾ ਡਰਦਾ ਉਹ ਨਹੀਂ ਕਰਨਗੇ ਆਗਰਾ ਕੀ ਕਰਨ ਨਹੀਂ ਗਿਆ ਡਰਦਾ ਮਹਾਰਾਜ ਸ਼ਾਮ ਦਾ ਜ਼ੋਰ ਪੈ ਰਿਹਾ ਜੀ ਮਹਾ ਮੈਂ ਤਾਂ ਥੋੜਾ ਜਿਹਾ ਡਰਦਾ ਮੈਂ ਜ਼ਿਆਦੇ ਆ ਕਿਉਂ ਮਾਂ ਕਰਕੇ ਜੰਗ ਲੱਗ ਦਿੱਤੀ ਇੱਥੇ ਕਰ ਲੈਂਦਾ ਜੇ ਨਹੀਂ ਡਰ ਲੱਗਦਾ ਤੀ ਏਡਾ ਦਿਮਾਗ ਚ ਨਹੀਂ ਆਈ ਬਈ ਗੱਲ ਆਪਣੇ ਤਾਂ ਬਿਊਰੀ ਕਰ ਲੈ ਤੇਰੇ ਲਵੀ ਕਰ ਲੈ ਉਹ ਕੁਰਸੀ ਕਰ ਲਾ ਉਹ ਓਏ ਤੰਗੀ ਭਲੀ ਆ ਫਲੂਰੀ ਰਹੇਗਾ ਉਹ ਗੱਲ ਤਾਂ ਸੁਣ ਲਾ ਹੋਰ ਸਿਆਪੇ ਪੈ ਕੇ ਜਾਣ ਨੂੰ ਮੈਂ ਤਾਂ ਸੁਪਨਾ ਪੈੜਾ ਆ ਗਿਆ ਵੀਰਾ ਹਟ ਜਾ ਖੜ ਮੈਨੂੰ ਤਾਂ ਸੁਪਨਾ ਹੀ ਆਂਦਾ ਸੀਗਾ ਬਾਲਾ ਪੈੜਾ ਇਹ ਤਾਂ ਆਪਣਾ ਆਪਾਂ ਤਾਂ ਕਣਕ ਚ ਜਾਂਦੇ ਆ ਭੱਜੇ ਆਪਣੇ ਮਗਰ ਤਾਂ ਘੋੜੇ ਲੱਗ ਗਏ ਮੇਰੇ ਸਾਲੇ ਅੱਛਾ 15-16 ਘੋੜੇ ਨੇ ਹਾਂ ਹੋਰ ਇੱਕ ਘੋੜਾ ਤਾਂ ਮੇਰੇ ਮੋਰਾਂ ਤੇ ਆ ਚੜਿਆ ਉਹਦੀ ਵਾਸਤ ਆ ਪਤਾ ਨਹੀਂ ਕਿਹਨੇ ਟੁੱਲ ਲਾਤਾ ਬੇਈਮਾਨ ਉਹ ਕੋਈ ਕੰਮ ਦੀ ਗੱਲ ਕਰ ਲੱਗਾ ਜਿੰਦਰਾ ਮੇਰੇ ਨਾਲ ਤਾਂ ਬਈ ਮਾੜੀ ਕਰੀ ਰਾਤਾ ਕੀ ਮਾੜੀ ਕਰੀ ਓਏ ਮੇਰਾ ਸਾਲਾ ਬੋਤਲ ਆਪ ਪੀ ਗਿਆ ਮੈਂ ਤਾਂ ਇੱਥੇ ਲੋਕਾਂ ਤੋਂ ਮੰਗ ਪੀਤੀ ਆ ਉਹੀ ਮਰੀ ਨਾ ਆਪਦੀਆਂ ਔਖਾ ਹੋ ਗਿਆ ਇਹ ਖੱਬੀ ਖਾਣ ਉਹ ਜਿੰਦਰਾ ਫੇਰ ਉਹੀ ਮੈਂ ਤਾਂ ਚੱਲ ਬਈ ਆਪਦੀਆਂ ਮਾਰ ਦਈਆਂ ਠੀਕ ਹੈ ਤੂੰ ਦੱਸ ਹੁਣ ਕੀ ਬਣਨਾ ਚਾਹੁੰਦੇ ਮੈਂ ਕੀ ਦੱਸਾਂ ਮੇਰਾ ਸਾਲਾ ਰਾਤ ਮਸਾਨ ਗਈ ਮੈਂ ਤਾਂ
ਇੱਥੇ ਕੋਈ ਬੰਦਾ ਆ ਗਿਆ ਕਹਿੰਦਾ 200 ਰੁਪਈਆ ਦੇ। ਅੱਛਾ ਮਤਾ ਟਾਲ ਮਟੋਲੇ ਕਰਕੇ ਮਾਗਰ ਗਿਆ ਮਾਗਰ ਮੇਰੇ ਸਾਲੇ ਦੀ ਹੱਡਾ ਰੋੜੀਆ ਹੱਥੇ ਮਾਗਰ ਦਾ ਮੁੰਡਾ ਰਾਤ ਪਤਾ ਲੱਗਿਆ ਇੱਥੇ ਹੋਰ ਹੁਣ ਮੇਰਾ ਸਾਲਾ ਰਸ ਜਿੱਡਾ ਕੁੱਤਾ ਐ ਜੇ ਘਰੇ ਮੇਰੇ ਕਣੀ ਜਿੰਦਰਾ ਜਿੰਦਰਾ ਖੜ ਜਾ ਐ ਕਰ ਦਾਦੀ ਮੇਰੀ ਵੀ ਸੁਣ ਲਾ ਮੇਰਾ ਫਿਰ ਮੇਰੇ ਵੀ ਮਨ ਚ ਧੁੜਕੂ ਹੈਗਾ ਸੀ ਮੈਂ ਤਾਂਹੀਓ ਪਿਸ਼ਾਬ ਕਰਨੀ ਗਿਆ ਮੇਰੇ ਮਨ ਨੇ ਪਹਿਲਾਂ ਦੱਸਤਾ ਸੀ ਮੈਨੂੰ ਮੇਰਾ ਸਾਲਾ ਤੂੰ ਨਾ ਵਗ ਜਾਂਦਾ ਰਾਤ ਤਾਂ 4 ਪੀਸੀ ਕਰਦੇ ਤੇਰੇ ਤਾਂ ਉਹ ਖਾਸੇ ਦੀ ਪਰਾਉਣੇ ਗਾਹਾਂ ਖੜੇ ਹੋਣਗੇ 5-7 ਤਾਂ ਉਹਦਾ ਕੱਟਾ ਪਾੜੀ ਖੜੇ ਇੱਕ ਪੂਛ ਨੂੰ ਮੇਰਾ ਸਾਲਾ ਚੰਪੜਿਆ ਖੜਾ ਇੱਕ ਸਿੰਘ ਨੂੰ ਚੰਪੜਿਆ ਖੜਾ ਤੇ ਆਪਣੇ ਵਾਲਾ ਕੱਟਾ ਵੀ ਉਹਨਾਂ ਨੇ ਤਾਂ ਨਹੀਂ ਪਾੜ ਲਿਆ ਉਹ ਨੀਤੀ ਦਾ ਦੂਜਾ ਸੀ ਅਸਲ ਮੇਤੀ ਕੱਟਾ ਜਿਹੜਾ ਮੈਂ ਦਿੰਦੀ ਹੁੰਦੀ ਹੈ ਹੋਰ ਉਦੋਂ ਭਾਈ ਮੈਂ ਤਾਂ ਬਾਈਕੋ ਬਾਈਕ ਹਟ ਗਿਆ ਮੈਂ ਤਾਂ ਬਾਏ ਬਾਏ ਕੇ ਲੰਘਿਆ ਇੱਧਰ ਦੀ ਇੱਧਰ ਦੀ ਆ ਕੇ ਇੱਥੇ ਬੈਠਾ ਅੱਖ ਜੀ ਲੱਗੀ ਮੇਰੇ ਸਾਲਾ ਇਹਨਾਂ ਦਾ ਝੋਟਾ ਖੁੱਲ ਗਿਆ ਨਾਲ ਦੇ ਘਰਾਂ ਵਾਲਾ ਝੋਟਾ ਦਾ ਭਲਾ ਲਿਆ ਜੀ ਸਾਡੇ ਵਾਲਾ ਮੇਰਾ ਸਾਲਾ ਝੋਟਾ ਉੱਠ ਖੜੇ ਔਖਾ ਕਰੂ ਆਪਾਂ ਨੂੰ ਕਹਿੰਦੇ ਫੇਰ ਬਹਿ ਜਾ ਇੱਥੇ ਠੀਕ ਹੈ ਗੱਲ ਭਾਈ ਇੱਥੇ ਫੇਰ ਬਿਠਾਤਾ ਮੈਂ ਬਿਠਾਇਆ ਹੋਇਆ ਅੱਖ ਜੀ ਲੱਗੀ ਮੇਰੇ ਸਾਲੇ ਆਇਤਨੇ ਨੂੰ ਘੋੜੇ ਆ ਚੜੇ ਮੋਹਰਾਂ ਤੇ ਕੁੱਤਿਆਂ ਵਾਲੀ ਕਿਉਂ ਘੋੜੇ ਆ ਚੜੇ ਮੇਰਾ ਸਾਲਾ ਇੱਕ ਘੋੜੇ ਨੇ ਤਾਂ ਬੂਥ ਲਾ ਲਈ ਮੋਹਰਾਂ ਕੋਲੋਂ ਦੀ ਆ ਕੇ ਤੇਰੇ ਹਾਂ ਤਿੰਨ ਜਾਨਵਰ ਮਿਲੇ ਰਾਤ ਮੇਰੇ ਸਾਲੇ ਤਿੰਨਾਂ ਤੋਂ ਬਚਾਅ ਹੋ ਗਿਆ ਪਹਿਲਾ ਕੁੱਤਾ ਦੂਜਾ ਝੋਟਾ ਤੀਜਾ ਘੋੜਾ ਐ ਕਰ ਤੇਰਾ ਤਾਂ ਹੋ ਗਿਆ ਤਿੰਨਾਂ ਤੋਂ ਬਚਾਅ ਮੈਂ ਹੁਣ ਜਦੋਂ ਆਪਾਂ ਘਰੇ ਜਾਵਾਂਗੇ ਚੌਥਾ ਜਾਨਵਰ ਮੈਨੂੰ ਟੱਕਰੂ ਮੇਰਾ ਬਚਾਅ ਕੌਣ ਕਰੂ ਭਾਈ ਕਿਉਂ ਛੋਟੇ ਕਿਹੜਿਆ ਤੈਨੂੰ ਪਤਾ ਹੀ ਹੈ ਮੈਨੂੰ ਤਾਂ ਕਿਸੇ ਨੇ ਦੱਸਿਆ ਹੋਇਆ ਬਾਈ ਲੱਭਿਆ ਕੀ ਦੱਸਦਾ ਤੈਨੂੰ ਮੇਰੀ ਤਾਂ ਪੱਤਰੀ ਦੇਖ ਕੇ ਕਿਸੇ ਨੇ ਦੱਸਿਆ ਹੋਇਆ ਉਹ ਕਹਿੰਦਾ ਜੇ ਤੂੰ ਕੱਚੀ ਨੀਂਦ ਉੱਠ ਕੇ ਕਿਸੇ ਪਾਸੇ ਤੁਰ ਪਿਆ ਬਸ ਖਤਮ ਹੈ ਤੂੰ ਤਾਂ ਕਹਿੰਦੇ ਖਤਮ ਆ ਕੱਚੀ ਨੀਂਦ ਉੱਠ ਮੈਂ ਤਾਂ ਉੱਠ ਨੀ ਸਕਦਾ ਕੱਚੀ ਨੀਂਦ ਉਹ ਕਹਿੰਦਾ ਵੀ ਕੱਚੀ ਨੀਂਦ ਉੱਠ ਕੇ ਤਾਂ ਇਹਦਾ ਜੀ ਕਿਤੇ ਜਾਣੀ ਨੀ ਜੀ ਚਾਹੇ ਉਧਰ ਬੰਦਾ ਮਰਦਾ ਹੋਵੇ ਹੁਣ ਉਹਨਾਂ ਚਿਰ ਮੈਂ ਤੇਰੇ ਕੋਲ ਹੀ ਬੈਠਾ ਉਰੇ ਉਹਨੇ ਇਹ ਵੀ ਦੱਸਿਆ ਹੋਇਆ ਕਹਿੰਦਾ ਜੇ ਤੇਰੇ ਨਾਲ ਕੋਈ ਬੰਦਾ ਹੋਇਆ ਉਹਨੂੰ ਵੀ ਕਹਿੰਦੀ ਭਾਈ ਜਿੰਨਾ ਚਿਰ ਮੇਰੀ ਨੀਂਦ ਨੀ ਪੂਰੀ ਹੁੰਦੀ ਉਹਦੇ ਕੋਲ ਹੀ ਬੈਠਾ ਰਹਿ ਬੰਦਾ ਉਹ ਵੀ ਪਾਰ ਬੋਲ ਜੂ ਐਂ ਦੇਖ ਲਾ ਹਾਂ ਇਹ ਤਾਂ ਹੁਣ ਤੇਰੇ ਹੱਥ ਹੈ ਸਾਰਾ ਉਹ ਮੈਨੂੰ ਫਿਰ ਪਿਸ਼ਾਬ ਦਾ ਕਰਾ ਲਿਆਉਂਦਾ ਬਾਪ ਪਈ ਜੀ ਇਦਾਂ ਕਰਦਾ ਸਾਹਿਬ ਇੱਥੇ ਕੀ ਮੇਰਾ ਸਾਰਾ ਦੁਨੀਆ ਲੰਘਦੀ ਆ ਤੂੰ ਇੱਥੇ ਹੀ ਕਰਦੇ ਯਾਰ ਮੇਰੀ ਅੱਖਾਂ ਵਿੱਚ ਐਂ ਲਾ ਕਰਦੇ ਮੈਂ ਸਿਟੀ ਮਾਰ ਦਿੰਦਾ ਗੱਡੀ ਗੱਲ ਹੈ ਚੱਲ ਮੈਂ ਤਾਂ ਫਿਰ ਬਹਿ ਜਾਂਦਾ ਹੋਰ ਫਿਰ ਜਾਂਦੇ ਹੋਈ ਕਰੂੰ ਅੱਖ ਲਾ ਲੈਣ ਦੇ ਮੈਨੂੰ ਆਪਦਾ ਭੈਣ ਦੀ ਘਰਾਲੇ ਮਰੀ ਗਿਆ ਅੱਧੀ ਰਾਤ ਤੱਕ ਪਾਇਆ ਫਿਰ ਮੈਂ ਤਾਂ ਜਾਂਦਾ ਹੋਈ ਕਰੂੰ ਇਹ ਵੀ ਮੈਂ ਵੀ ਲਾਉਣਾ ਨਹੀਂ ਹੋਰ ਨਾ ਪਾਇਆ ਘੰਟਾ ਹੀ ਗੱਡਾ ਖੜਾ ਹੈ ਤੇ ਪਹਿਲਾਂ ਘਰ ਆ ਹੀ ਘਰ ਤੋਂ ਕਰਦੇ ਆ ਸ਼ੁਰੂਆਤ ਅੱਜ ਆਪਾਂ ਕੀ ਕਹਿੰਦੇ ਹੁੰਦੇ ਨੇ ਮੈਨੂੰ ਤਾਂ ਐਵੇਂ ਨਹੀਂ ਪਤਾ ਹੈਗਾ ਯਾਰ ਮੈਨੂੰ ਤਾਂ ਚੱਜ ਨਾਲ ਬਾਬੇ ਜੀ ਨੇ ਕੁਛ ਦੱਸਿਆ ਨਹੀਂ ਹੈਗਾ ਹੁਣ ਇਹਨਾਂ ਦੇ ਕੋਈ ਕੁੱਤਾ ਕਾਤਾ ਹੀ ਨਾ ਹੋਵੇ ਕਿਤੇ ਵੱਢ ਲਿਆ ਜੇ ਦੇਖ ਕੇ ਮੈਨੂੰ ਚੱਲ ਜਾਣਾ ਤਾਂ ਫਿਰ ਪਊਗਾ ਨਹੀਂ ਭੁੱਖੇ ਮਰ ਜਾਂਗੇ ਬਾਹਰ ਆਇਓ ਜੀ ਡਾਲੀ ਪਾਇਓ ਕਿਹੜਾ ਭਾਈ ਮੈਂ ਆਹ ਲੈਣਾ ਹੈ ਜੀ ਗਜਾ ਪਾਇਓ ਜੀ ਮੜਾ ਕੀ ਪਾਈਏ ਤੈਨੂੰ ਕੋਈ ਰੋਟੀ ਜੀ ਦੁੱਧ ਲੈ ਤੁਸੀਂ ਜਮੇ ਕੰਮ ਨਹੀਂ ਕਰਿਆ ਜਾਂਦਾ ਕੋਈ ਨਾ ਜੀ ਉਹ ਬਾਬੇ ਨੇ ਮੈਨੂੰ ਹੁਕਮ ਲਾਇਆ ਬਸ ਕਿਹੜੇ ਬਾਬੇ ਨੇ ਉਹ ਖੇਤਾਂ 'ਚ ਰਹਿੰਦਾ ਜੀ ਬਾਬਾ ਕਿਹੜਾ ਖੇਤਾਂ 'ਚ ਉਸ ਰੁਪਏ ਆ ਨਾ ਜੀ ਉਹ ਫਿਰ ਤੇਰੇ ਕੰਮ ਨਹੀਂ ਕਰਿਆ ਜਾਂਦਾ ਮੈਂ ਚੇਲਾ ਨਵਾਂ ਮੁੰਡਾ ਚੱਲ ਕਹਾ ਚੱਲ ਇੱਥੇ ਇੱਥੇ ਹੈਗਾ ਕੁਛ ਮੈਂ ਕਹਿੰਦਾ ਮੈਨੂੰ ਹਿਸਾਬ ਨਹੀਂ ਹੈਗਾ ਯਾਰ ਇਹ ਕੰਮ ਕਰਨ ਦਾ ਕੀ ਕਰੇ ਨਵਾਂ ਨਵਾਂ ਜਿਹਾ ਕੰਮ ਤੋਰਿਆ ਮੈਂ ਤਾਂ ਹਰੇਕ ਹੀ ਗਲ ਪੈ ਜਾਂਦਾ ਹੁਣ ਦੁਬਾਰੋਂ ਜਾਵਾਂ ਕਹਿੰਦਾ ਬਾਈ ਬਣ ਕੇ ਪਾ ਦਿਓ ਯਾਰ ਇੱਕ ਅੱਧੀ ਬਾਸੀ ਪਾ ਦਿਓ ਕੁਛ ਵੀ ਨੀ ਮਿਲਿਆ ਹੈਗਾ ਅੱਜ ਤਾਂ ਯਾਰ ਪਕਾਈ ਹੋ ਗਈ ਲੱਤਾਂ ਰਹਿ ਗਈਆਂ ਆਇਓ ਜੀ ਕਿਹੜਾ ਬਾਈ ਓਏ ਹਾਂ ਬਾਬਾ ਕੀ ਚਾਹੀਦਾ ਟਾਲੀ ਪਾਓ ਜੀ ਡਾਲੀ ਕਿਹੜੀ ਰੋਟੀ ਪਾਓ ਦੁੱਧ ਪਾਓ ਜੀ ਰੋਟੀ ਮੇਰੀ ਤਾਂ ਬੁੜੀ ਲੜ ਕੇ ਗਈ ਹੋਈ ਆ ਫਿਰ ਤੂੰ ਕਿੱਥੇ ਖਾਂਦਾ ਮੈਂ ਤਾਂ ਆਪ ਗਵਾਂਢੀਆਂ ਦੇ ਖਾਂਦਾ ਫਿਰ ਐਂ ਕਰ ਆਪਾਂ ਦੋਏ ਬਾਗ ਚੱਲਦੇ ਆ ਤੂੰ ਮੇਰੇ ਨਾਲ ਲੱਗ ਜਾ ਚੰਗਾ ਚਾਉਣਾ ਲੰਘ ਗਿਆ ਔਰ ਹੁਣ ਦੇ ਦੂੰ ਤੈਨੂੰ ਪਰੌਂਠੇ ਨਹੀਂ ਐਂ ਨਾ ਕਰ ਬਾਈ ਬਣ ਕੇ ਪਾ ਦੇ ਮੈਨੂੰ ਕੁਝ ਨਹੀਂ ਬਣਿਆ ਯਾਰ ਬਾਬਾ ਮੈਂ ਤਾਂ ਆਪ ਗਵਾਂਢੀਆਂ ਦੇ ਖਾ ਰਿਹਾ ਮੈਂ ਤੈਨੂੰ ਕਿੱਥੋਂ ਕਹਾਂ ਮੇਰੀ ਗੱਲ ਸੁਣ ਪਰੌਂਠੇ ਮੜਾ ਗਵਾਂਢੀ ਮੇਰੀ ਗੱਲ ਤਾਂ ਸੁਣ ਚਾਉਣਾ ਨਾ ਤੂੰ ਪਿਆਰ ਨਾਲ ਲੰਘ ਜਾ ਔਰ ਠੀਕ ਆ ਮੈਂ ਤਾਂ ਆਪ ਗਵਾਂਢੀਆਂ ਮੈਂ ਤੈਨੂੰ ਕਿੱਥੋਂ ਕਹਾਂ ਦੂੰ
ਆਲਾ ਮੈਨੂੰ ਵੀ ਡਾਂਗਾ ਮਾਰ ਕੇ ਕੱਢੂ ਆਲਾ ਤੈਨੂੰ ਮੈਂ ਵਰਦਾਨ ਦੇਊਂਗਾ ਤੂੰ ਮੇਰੀ ਗੱਲ ਸੁਣ ਕੋਈ ਵਰਦਾਨ ਨਹੀਂ ਚਾਹੀਦਾ ਤੂੰ ਚੰਗਾ ਚਾਹਣਾ ਤੂੰ ਲੰਘ ਗਿਆ ਬਾਬੇ ਮੈਂ ਇਹ ਯਾਰ ਕੀ ਹੋਈ ਜਾਂਦਾ ਤੂੰ ਤੁਰਦਾ ਲੱਗ ਠੀਕ ਆ ਇਹਦਾ ਤੁਹਾਡਾ ਪਿੰਡ ਵਧੀਆ ਨਹੀਂ ਹੈਗਾ ਨਾ ਤੂੰ ਤੁਰਦਾ ਲੱਗ ਰੋ ਮੈਂ ਤਾਂ ਆਪੀ ਜਾਊਂਗਾ ਚੱਲ ਚੱਲ ਲੰਘੇ ਯਾਰ ਐ ਕਾਹਨੂੰ ਕਰਦਾ ਯਾਰ ਭਾਈ ਹੈ ਮੈਂ ਮੇਰੀ ਗੱਲ ਤਾਂ ਸੁਣ ਆ ਬੰਨੇ ਹੱਥ ਤੇਰੇ ਮੂਹਰੇ ਤੂੰ ਵਗ ਗਿਆ ਸਾਤੋਂ ਕੀ ਭਾਲਦਾ ਤੂੰ ਤੇਰੇ ਘਰੇ ਕਿਸੇ ਗੱਲ ਦੀ ਕਮੀ ਹੈ ਤੂੰ ਮੈਨੂੰ ਦੱਸ ਨਾ ਤੂੰ ਵਗ ਗਿਆ ਬਾਬਾ ਬੰਨੇ ਹੱਥ ਤੇਰੇ ਮੂਹਰੇ ਤੂੰ ਤੁਰਦਾ ਲੱਗ ਸ਼ਕਤੀ ਬਹੁਤ ਆ ਮੇਰੇ ਚੱਲ ਲੱਗ ਬਾਬਾ ਇਹ ਪਿੰਡ ਦੇ ਯਾਰ ਵਧੀਆ ਬੰਦੇ ਕਿਹੜੇ ਪਾਸੇ ਰਹਿੰਦੇ ਨੇ ਦੁੱਧ ਦੀ ਕੁੱਟ ਤਾਂ ਕੋਈ ਇਹਨੇ ਪਾਉਂਦਾ ਨਹੀਂ ਹੈਗਾ ਬਾਬਾ ਜਿਹਾ ਮੇਰਾ ਸਾਲਾ ਪਾ ਕੇ ਕੱਟੇ ਵਰਗਾ ਹੋ ਗਿਆ ਉਰੇ ਕੋਈ ਦੁੱਧ ਦੀ ਕੁੱਟ ਪਾ ਨਹੀਂ ਰਿਹਾ ਲੱਤਾਂ ਰਹਿਗੀਆਂ ਮੇਰੀਆਂ ਪਹਿਲਾਂ ਲੈ ਕੁੱਤਾ ਹੀ ਪੈ ਗਿਆ ਤੀ ਮੇਰੇ ਮਗਰ ਇਹ ਤਾਂ ਮੈਨੂੰ ਤਿੱਪ ਨਹੀਂ ਜੁੜੀ ਇੱਕ ਰੋਟੀ ਮਿਲੀ ਤੀ ਉਹ ਮੈਨੂੰ ਭੁੱਖ ਲੱਗ ਗਈ ਮੈਂ ਖਾ ਲਈ ਇਹ ਹੁਣ ਦੱਸ ਮੈਂ ਕਿੱਧਰ ਜਾਵਾਂ ਚੱਲ ਇੱਧਰ ਜੇ ਦੇਖਦਾ ਕੋਈ ਹੋਰ ਘਰ ਪਤਾ ਨਹੀਂ ਕਿੱਧਰ ਲੰਘ ਗਿਆ ਕੁਰਸੀ ਤੇ ਬੈਠਾ ਬੈਠਾ ਆਹ ਕਿਹਦਾ ਆਈ ਜਾਂਦਾ ਫੋਨ ਲੈ ਫੋਨ ਦੀ ਵੀ ਬੈਲ ਬੰਦ ਕਰਕੇ ਧਰ ਗਿਆ ਹੈਲੋ ਹੈਲੋ ਹਾਂ ਸਤਿ ਸ਼੍ਰੀ ਅਕਾਲ ਭੈਣੇ ਹੋਰ ਕਿਵੇਂ ਠੀਕ ਆ ਹੁਣ ਟੈਸਟ ਟੂਸਟ ਕਰਵਾ ਲੈ ਤੇ ਸਾਰੇ ਚੱਲ ਕੋਈ ਗੱਲ ਨੀ ਇੱਕ ਵਾਰੀ ਮੈਂ ਇਹਨੂੰ ਪੁੱਛੂਗੀ ਜਿਹਨੇ ਹਾਂ ਕਰਤੀ ਦੇਖ ਰਿਹਾ ਤਾਂ ਮੱਥੋਂ ਜਾਣਾ ਨੀ ਹੈਗਾ ਤੈਨੂੰ ਪਤੀ ਉਹਦੇ ਘਰ ਦੇ ਕੰਮਾਂ ਦਾ ਇਹਨੇ ਕਿਹੜਾ ਘੜੇ ਖੜਨਾ ਹੈ ਨਾ ਖੁੱਲਾ ਗੇਟ ਛੱਡ ਕੇ ਅਸੀਂ ਵਗ ਜਾ ਕਰੂਗਾ ਬਾਕੀ ਜੇ ਇਹਨੇ ਮੈਨੂੰ ਕਹਿਤਾ ਵੀ ਚੱਲ ਤੂੰ ਜਾਇਆ ਨਾਲੇ ਤਾਂ ਮੈਂ ਤੇਰਾ ਪਤਾ ਲੈ ਜੂੰਗੀ ਨਾਲੇ ਆਉਂਦੀ ਆਉਂਦੀ ਮੈਂ ਨਮੋਲ ਖੜ ਜੂੰਗੀ ਬਿੰਦ ਝੱਟ ਨੀ ਭੈਣੇ ਚੱਲ ਗੁੱਸਾ ਨਾ ਕਰ ਮੈਂ ਆਉਣੀ ਅੱਜ ਚਾਹੇ ਮੈਨੂੰ ਨਾ ਆਉਣ ਦੇਵੇ ਮੈਂ ਤਾਂ ਵੀ ਆਉਂਗੀ ਜੇ ਕੁਛ ਮਰਜ਼ੀ ਹੋ ਜੇ ਚੱਲ ਠੀਕ ਆ ਮੈਂ ਤੇਰੀ ਦੀਕ ਕਰੂੰਗੀ ਆ ਜੀ ਫਿਰ ਹਾਂ ਹਾਂ ਨਾਲੇ ਦਵਾਈ ਧਿਆਨ ਨਾਲ ਲਈ ਜਾਈ ਘੋਲ ਵੀ ਕਰ ਜਾਨੀ ਹੈ ਤਾਂ ਹੀ ਤਾਂ ਫਿਰ ਵਾਧਾ ਵੱਧ ਜਾਂਦਾ ਮਗਰੋਂ ਚੱਲ ਚੰਗਾ ਹਾਂ ਆ ਜਾ ਤੂੰ ਤੈਨੂੰ ਦੇਖ ਕੇ ਵੀ ਠੀਕ ਹੋ ਜਾਊਂਗੀ ਮੈਂ ਚਲੋ ਆ ਤਾਂ ਕੋਈ ਆ ਜਾਂਦਾ ਨਾ ਹੌਸਲਾ ਜਾ ਹੋ ਜਾਂਦਾ ਹਾਂ ਹਾਂ ਨਾ ਚੱਲ ਕੋਈ ਨਾ ਭੈਣੇ ਫਿਰ ਮੈਂ ਦੇਖਦੀ ਆਥਣ ਤੱਕ ਹੈ ਹਾਂ ਚੰਗਾ ਭੈਣੇ ਚੰਗਾ ਚੰਗਾ ਲੈ ਦੇਖ ਲੈ ਇਹ ਵੀ ਲਾਂਬੇ ਦੇਈ ਜਾਂਦੀ ਹੈ ਕਹਿੰਦੀ ਨਾ ਦੁੱਖ ਚਾਵੇਂ ਨਾ ਸੁੱਖ ਚਾਵੇਂ ਹੁਣ ਇਹਨੂੰ ਕੀ ਦੱਸਾਂ ਵੀ ਇਹ ਹੁਣ ਬਿਨਾਂ ਗੱਲ ਤੋਂ ਸਿੰਘ ਖੜੇ ਕਰ ਲੈਂਦਾ ਫਿਰ ਜੇ ਮੈਂ ਨਾਂ ਵੀ ਲੈ ਲਾਂ ਇਹਨੂੰ ਪਤੀ ਹੈ ਬੋਲਣ ਨਹੀਂ ਦਿੰਦਾ ਹੈਗਾ ਦੱਸ ਹੁਣ ਕੀ ਕਰਾਂ ਕੀ ਨਾ ਕਰਾਂ ਚੱਲ ਬੋਲੀ ਜਾਣ ਦੇ ਹੁਣ ਜਾਣਾ ਤਾਂ ਹੈਗੀ ਹੈ ਜੇ ਆ ਜੇ ਘਰੇ ਪਰੇ ਕਹਿ ਕੇ ਵਗ ਜਾ ਨਹੀਂ ਫਿਰ ਬਿਨਾਂ ਕਹੀ ਜਾਊਗੀ ਫਿਰ ਟੱਪੂਗਾ ਉਹਦੇ ਨਾਲੇ ਪੂਛ ਨੂੰ ਅੱਗ ਲਾਊਗਾ ਖੜਦਾ ਵੀ ਨਹੀਂ ਹੁੰਦਾ ਘਰੇ ਬਿੰਦ ਝੜ ਤਾਂ ਘਰੇ ਖੜ ਜਾ ਕਰ ਵੀ ਬੰਦਾ ਕੋਈ ਕੰਮ ਧੰਦੇ ਨੂੰ ਹੱਥ ਪਾ ਲੇ ਸਾਰਾ ਦਿਨ ਪਤੀ ਨਹੀਂ ਲੱਗਦਾ ਇੱਕੋ ਕਾਕਾ ਮਲੰਗ ਟੱਕਰ ਰਿਹਾ ਇਹੋ ਜਿਹਾ ਦੋਨਾਂ ਨੇ ਘਰ ਦੀ ਪਛਾੜੀ ਲਿਆ ਰੱਖੀ ਹੈ ਪਤਾ ਨਹੀਂ ਕਿੱਦੇ ਸਿਆਪਾ ਮੁੱਕੂਗਾ ਇਹਨਾਂ ਦਾ ਕਿੱਦੋਂ ਇਹ ਮੇਰੇ ਕੋਲ ਉਤਰਨਗੇ ਲੈ ਆ ਜਾਣ ਦੇ ਚੇਲੇ ਨੂੰ ਅੱਜ ਨਾਲ ਤਾਂ ਲੱਕੜਾਂ ਆਈਆਂ ਪਰਾਂ ਕਰਾ ਦੂੰ ਨਾਲੇ ਉਰੇ ਕਰਾਉਣਾ ਸਾਫ ਸਫਾਈ ਐਂ ਆ ਨਾ ਫਿਰ ਭੰਡਾਰੇ ਵੇਲੇ ਫਿਰ ਆਪਾਂ ਨੂੰ ਔਖਾ ਹੋ ਜੂ ਨਾਲ ਤਾਂ ਲੰਘਣ ਗਣੀਓ ਨਾਲੇ ਆ ਲੱਕੜਾਂ ਲੁੱਕੜਾਂ ਭੰਡਾਰੇ ਵੇਲੇ ਕੰਮ ਆ ਜਾਣਗੀਆਂ ਸਾਰੀਆਂ ਬਾਬਾ ਜਾ ਖੜਿਆ ਸਾਰਾ ਕੁਛ ਫੇਰ ਹੀ ਸਾਫ ਸਫਾਈ ਕੀ ਕਰਦੇ ਹੋ ਗੁਰੂ ਜੀ ਆ ਗਿਆ ਭਗਤ ਆ ਗਈ ਅੱਛਾ ਤੇ ਐਂ ਕਰ ਅੰਦਰ ਵਗ ਜਾ ਹਾਂ ਜੀ ਜਿਹੜਾ ਰਾਤ ਦਾ ਦੁੱਧ ਪਿਆ ਉਹਦਾ ਰੜਕ ਲੈ ਹਾਂ ਜੀ ਜਿਹੜਾ ਅੱਜ ਲੈ ਆਇਆ ਹੁਣ ਉਹਨੂੰ ਅੰਦਰ ਸਾਹਮਣੇ ਅੰਦਰ ਅੱਜ ਤਾਂ ਟਿਪ ਵੀ ਨਹੀਂ ਦਿੱਤਾ ਜੀ ਕਿਸੇ ਨੇ ਹੈਂ ਨਾ ਦਿੱਤਾ ਨਹੀਂ ਜੀ ਤੈਂ ਮੰਗੇ ਹੀ ਨਹੀਂ ਨਾ ਮੰਗਿਆ ਸੀ ਜੀ ਮੈਂ ਮੈਂ ਗਿਆ ਸੀਗਾ ਜਾ ਕੇ ਅਗਲੇ ਦਾ ਗੇਟ ਖੜਕਾਉਂਦਾ ਹੁੰਦਾ ਸੀਗਾ ਮੈਂ ਕਹਿੰਦਾ ਸੀ ਭਾਈ ਪਾਓ ਦੁੱਧ ਦਿਓ ਰੋਟੀਆਂ ਐਂ ਮੰਗਦੇ ਹੁੰਦੇ ਨੇ ਪਿੰਡ ਚ ਜਾ ਕੇ ਨਾ ਇਹ ਸੀਗਾ ਜੀ ਮੈਨੂੰ ਇੱਕ ਦੋ ਰੋਟੀਆਂ ਦੇ ਦਿੱਤੀਆਂ ਸੀਗੀਆਂ ਅੱਛਾ ਉਹ ਮੈਂ ਆਉਂਦਾ ਆਉਂਦਾ ਖਾ ਗਿਆ ਜੀ ਤੂੰ ਤਾਂ ਮੈਨੂੰ ਮਾਂ ਦਿਆ ਪੁੱਤਾ ਫਿਰ ਭੁੱਖੇ ਮਾਰ ਦੇਗਾ ਮੈਂ ਕਹੀਂ ਕਿਹਾ ਸੀਗਾ ਜੀ ਵੀ ਬਸ ਪਾਓ ਰੋਟੀਆਂ ਉਹਦਾ ਲੰਮੇਰੇ ਮਾਗਰੀ ਪਾ ਜਾਂਦੇ ਓਏ ਐ ਥੋੜੋ ਮੰਗਦੇ ਹੁੰਦੇ ਨੇ ਹਾਂ ਅਲਖ ਨਰੰਜਨ ਕਹਿੰਦੇ ਹੁੰਦੇ ਨੇ ਜਾ ਕੇ ਮੈਂ ਨਹੀਂ ਜੀ ਕੁਛ ਕਿਹਾ ਹੈਗਾ ਮੈਂ ਤਾਂ ਜਮੀ ਨਹੀਂ ਕੁਛ ਕਿਹਾ ਮੈਂ ਤਾਂ ਮੰਨ ਲਓ ਅੱਗੇ ਜਿਵੇਂ ਗੇਟ ਦੇ ਰੋਟੀ ਪਾਓ ਭਾਈ ਆ ਪਾਓ ਦੁੱਧ
पार्टी पुल्टी दा थी पई रहन दे ते साले ने लहू पी लिया मैनू लग गया पता इहदा बंदा खाऊ पीऊ पीरती ये कानू दी बंदा काम वाला तां ही ये घरों कढ़िया आपां तां अज्ज तों बाद मना रखदी नहीं बंदा बंदा कोई ठीक है इहदा रोटियां दा वड थी वधिया बग गया जिद्दे दा इह उरे थी नाल दा रोटियां वध खांदा थी नाले मैं लस्सा होण लग गया थी दुद्ध दा बंदा तां सारी पी जांदा थी कल्ले ही चल चलीए पर हूँ आप नहीं लियाने पू गजा गुजा मे ये किड़ा दू कौन नहीं धड़क रहा हूँ कौन नहीं धड़क रहा हूँ मेरे थड़े तक कौ पे ने मंजे डाहे पे ने झाड़ू चप्पा लाया हो जी पर कोई रड़क नहीं रहा भी आ गया रामे आ गए जी आ गए ओहो अज के मैं बहुत शांति लग रही है की गल ਮਰਦਾ ਪਹਿਲਾਂ ਭੁਲੇਖਾ ਪੈ ਗਿਆ ਮਹਾਦੇਵੀ ਮਨਾ ਕਿਸੇ ਦੇ ਹੋਰ ਘਰੇ ਆ ਪੜਿਆ ਅੱਜ ਮੈਂ ਕੱਲੀ ਹੋ ਤੀ ਅੱਛਾ ਕਿਹਦੇ ਨਾਲ ਬੋਲਾਂ ਬੜੇ ਉਠਾ ਘਰੋਂ ਨਿਕਲਿਆ ਹੋਇਆ ਆਹੋ ਤੈਨੂੰ ਬੰਦਾ ਵੀ ਹੁਣ ਭਾਈ ਦਿਹਾੜੀ ਤੇ ਛੱਡ ਕੇ ਦੇਣਾ ਪਿਆ ਕਰੂਗਾ ਵੀ ਜਿਹਦੇ ਨਾਲ ਤੂੰ ਲੜਾਈ ਕਰ ਸਕੇ ਹੋਰ ਮੈਨੂੰ ਤਾਂ ਲੜਾਈ ਵਾਲਾ ਬੰਦਾ ਚਾਹੀਦਾ ਕੱਟਦੀ ਨਹੀਂ ਕਿਸੇ ਨਾਲ ਆ ਗੱਲ ਕੱਟਣ ਦੀ ਹੈ ਗੱਲ ਕੱਟਦੀ ਨਹੀਂ ਕਿਸੇ ਨਾਲ ਤੂੰ ਕੱਟਦੀ ਕਿਉਂ ਨਹੀਂ ਤੇਰੇ ਨਾਲ ਨਹੀਂ ਕੱਟਦੇ ਹੱਦ ਹੋ ਗਈ ਤੇਰੇ ਵਾਲੀ ਸਾਰੇ ਦਿਨ ਤੂੰ ਮੈਨੂੰ ਠੋਕਰਾਂ ਮਾਰੀ ਜਾਂਦਾ ਠੰਡ ਤਾਂ ਲੰਘੀ ਨਸੀਬ ਜੀ ਹਾਂ ਗਰਮੀ ਆ ਫਿਰ ਹਾਂ ਗਰਮੀ ਵਾਲੀਆਂ ਦੋ ਪੈਂਟਾਂ ਛੱਡਾਂ ਸੰਦੀਪ ਵਾਲੀਆਂ ਪਾਇਆ ਕਰਾਂਗੇ ਫਿਰ ਹੰਡ ਜਾਣਗੀਆਂ ਮੇਰੇ ਕਹਿੰਦਾ ਮੈਂ ਚਾਰ ਲੈ ਲਈ ਸੰਦੀਪ ਨਾਲ ਗੱਲ ਕਰ ਲਈ ਚੱਲ ਉਹਦਾ ਜਵਾਬ ਨਹੀਂ ਦਿੰਦਾ ਜਵਾਕ ਡਰਦਾ ਬਹੁਤਾ ਲਾਇਕ ਬਹੁਤਾ ਅੱਖ ਦੀ ਘੂਰੀ ਡਰਾ ਦਿੰਦਾ ਮੈਂ ਤੈਨੂੰ ਠੀਕ ਹੈ ਕਿੱਧਰ ਲੰਘ ਗਿਆ ਆਪਣਾ ਮੋਢੀ ਹੈ ਘਰ ਦਾ ਬੇ ਉਹਨੇ ਕਿੱਧਰ ਲੰਘਣਾ ਰਾਮੇ ਹਾਂ ਲਾਭੂ ਆਇਆ ਨੂੰ ਹੱਥ ਨਹੀਂ ਲਾਉਂਦੇ ਹੁੰਦੇ ਹਾਂ ਬੇ ਫੇਰ ਕੀ ਹੋ ਗਿਆ ਲਾਭੂ ਆਈ ਸੀ ਕਹਿੰਦੀ ਲਾਭਾ ਨਹੀਂ ਆਇਆ ਹੈਗਾ ਰਾਤ ਦਾ ਘਰੇ ਅੱਛਾ ਹਾਂ ਤਾਂ ਮੇਰੇ ਥਾਲੇ ਕਹਿੰਦਾ ਸੀ ਜਦੋਂ ਲੱਭਦੇ ਫਿਰਦੇ ਸੀ ਭਾਈ ਹਾਂ ਬਗਾਨੇ ਬੰਦੇ ਨੂੰ ਨਾਲ ਨਹੀਂ ਫਿਰਦਾ ਠੇਕੇ ਤੇ ਤੇਰਾ ਮਤਲਬ ਕੀ ਆ ਬਈ ਦੇਖ ਲੈ ਉਹ ਇੱਥੇ ਸਾਡੇ ਘਰੇ ਭਾਲਦੀ ਫਿਰਦੀ ਹੈ ਮੈਨੂੰ ਕਹਿੰਦੀ ਜੇ ਮੇਰਾ ਬੰਦਾ ਮਰ ਗਿਆ ਸਾਰਿਆਂ ਨੂੰ ਜੇਲ੍ਹ ਚ ਫਸਾ ਦੂੰ ਲੈ ਦੱਸ ਅਸੀਂ ਕੀ ਕਤਲ ਕਰਦੇ ਫਿਰਦੇ ਆ ਭਲਾ ਐਡਾ ਕੀ ਡਿਊਟੀ ਆ ਮੇਰਾ ਸਾਲਾ ਹੋ ਫਾ ਮਰ ਗਿਆ ਜੀ ਮਤਨ ਦਾ ਐਡਾ ਕੀ ਡਿਊਟੀ ਆ ਉਹ ਭਲਾ ਹੱਦ ਹੋ ਗਈ ਮੇਰਾ ਸਾਲਾ ਮਹਾ ਫੇਰ ਗੱਲ ਬਣਾਈ ਕਹਿੰਦਾ ਐਂ ਕਰਕੇ ਤਾਂ ਕਰਿੰਦੇ ਨੂੰ ਫੋਟੋ ਦਿਖਾਉਣੇ ਵੀ ਕਿਤੇ ਉਰੇ ਤਾਂ ਨਹੀਂ ਆਇਆ ਲੈ ਦੇਖ ਲੈ ਹਾਂ ਫੇਰ ਕਰਿੰਦਾ ਤਾਂ ਮੈਂ ਮੇਰੇ ਸਾਲੇ ਬਿਹਾਰ ਦਾ ਉਹ ਇਹਨੂੰ ਕੀ ਜਾਣਦਾ ਹੈ ਹਾਂ ਕਰਿੰਦਾ ਕੀ ਜਾਣਦਾ ਹੈ ਗੱਲ ਸੱਚੀ ਹੈ ਹਾਂ ਉਹੀ ਉਜੜੇ ਖੜਾ ਚ ਪਾਣੀ ਪਾਉਂਦਾ ਉਹੀ ਤਾਂ ਗੱਲ ਹੈ ਹਾਂ ਹੁਣ ਕਿੱਧਰ ਵਗ ਗਿਆ ਹੁਣ ਜਾਣਾ ਕੀ ਜਦੋਂ ਲਾਭੋ ਨੇ ਸਾਡੇ ਘਰੇ ਆ ਕੇ ਰੌਲਾ ਪਾ ਲਿਆ ਤਾਂ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਕਹਾਂ ਚਾਲ ਆਪਾਂ ਟੋਲ ਕੇ ਲਈਏ ਖਾ ਸੌ ਲੈ ਸੌ ਕੀ ਦੀ ਖਾਮਾ ਬੋਲ ਸੌ ਖਾਣ ਵਾਲਾ ਤਾਂ ਘਰੋਂ ਨਿਕਲ ਗਿਆ ਹਾਏ ਮੇਰਾ ਥਾਲਾ ਹੁਣ ਮੇਰੀ ਗੱਲ ਫਿਰ ਹੋਰ ਵੀ ਸੁਣ ਲੈ ਇਹ ਗੱਲ ਮੇਰੀ ਨੋਟ ਕਰ ਲੈ ਲਿਖ ਲੈ ਕਾਪੀ ਲਿਆਉਣੀ ਆ ਕਾਪੀ ਚੱਕ ਲੈ ਤੂੰ ਪਹਿਲਾਂ ਤਾਂ ਕੱਲਾ ਖੋਇਆ ਹੋਦੀ ਬੰਦਾ ਕੱਟਾ ਹਾਂ ਗੱਲ ਸੁਣ ਲਈ ਐਡੀ ਡਰਨ ਵਾਲੀ ਗੱਲ ਨਹੀਂ ਗੱਲ ਮੈਂ ਦੱਸ ਰਿਹਾ ਗੱਲ ਧਿਆਨ ਨਾਲ ਸੁਣ ਕੱਟਾ ਖੋਇਆ ਹੋਇਆ ਸੀ ਹੁਣ ਅਖਬਾਰ ਤਿੰਨ ਛਪਣਾ ਲਾਭੋ ਦਾ ਕਰਨੈਲ ਦਾ ਠੀਕ ਹੈ ਆਪਣੇ ਕੱਟੇ ਦਾ ਬੂ ਮੈਂ ਮਰ ਜਾ ਜੋੜਾ ਇਹ ਵੀ ਨਹੀਂ ਆਉਂਦਾ ਜਿਹੜਾ ਹੰਥਾਂ ਦਾ ਨਾਂਗਾ ਜੋੜਾ ਇਹ ਹੁਣ ਆਉਂਦਾ ਨਹੀਂ ਬੂ ਮੈਂ ਮਰ ਜਾ ਮੈਂ ਤਾਂ ਉੱਡ ਗਈ ਅਖਬਾਰਾਂ 'ਚ ਖਬਰ ਜੋੜਾ ਪਿੰਡ 'ਚੋਂ ਫਰਾਰ ਹੋ ਗਿਆ ਇਹਦਾ ਨੰਗੂ ਕਿਸੇ ਪਾਸੇ ਨੂੰ ਲੈ ਕੇ ਤਾਂ ਇਹ ਕਿਉਂ ਜਾਣਦੇ ਤਾਂ ਮੇਰਾ ਸਾਲਾ ਇਹੋ ਜਿਹਾ ਹੁੰਦਾ ਮੈਨੂੰ ਵੀ ਫੋਨ ਕਰ ਦਿੰਦਾ ਭਾਈ ਪਹਿਲਾਂ ਮੈਂ ਕਿਹੜਾ ਗਿਆ ਨਹੀਂ ਕੱਲ੍ਹ ਦਾ ਫਿਰਦਾ ਮੈਂ ਇਹਦਾ ਹੱਲਿਆ ਪਿਆ ਇਹਦਾ ਕਈ ਜੋੜੇ ਬਣਾਈ ਫਿਰਦਾ ਮੈਂ ਕਿਹੜੇ ਕਿਹੜੇ ਜੋੜਿਆਂ ਦੀ ਰਾਖੀ ਰੱਖਾਂ ਇਹ ਤਾਂ ਕਦੇ ਪ੍ਰੀਤੋਂ ਲੈ ਕੇ ਤੁਰ ਪੈਂਦਾ ਕਦੇ ਲਾਭੋਂ ਲੈ ਕੇ ਤੁਰ ਪੈਂਦਾ ਮੈਨੂੰ ਤਾਂ ਜਾਣੇ ਕੀ ਹੈ ਮਾੜੇ ਕਰਮ ਵਾਲੀ ਨੂੰ ਇਹ ਤਾਂ ਹੁਣ ਮੈਂ ਹੋਰ ਦੱਸਦਾ ਗੱਲ ਮੈਨੂੰ ਤਾਂ ਤੂੰ ਹੁਣ ਤਾਂ ਸੁਣਾਵੇਂ ਵੀ ਮੈਂ ਹਮਦਰਦ ਮੈਂ ਸੈਂਫਤੀ ਤੁਹਾਡੇ ਪ੍ਰਤੀ ਮਾੜੀ ਮੁੱਟੀ ਕਰਾਂ ਮੈਨੂੰ ਤਾਂ ਹੁਣ ਤੁਹਾਡੀ ਰਗ ਰਗ ਦਾ ਭੇਤ ਆ ਗਿਆ ਮੈਂ ਤੁਹਾਡੀ ਰਗ ਰਗ ਤੋਂ ਵਾਕਫ ਹਾਂ ਮੈਂ ਤਾਂ ਹੁਣ ਬਈ ਉਤੋਂ ਦੀ ਨਹੀਂ ਗੱਲਾਂ ਆਪਾਂ ਤਾਂ ਕਹਿੰਦੇ ਵੀ ਚਲੋ ਜਿਵੇਂ ਹੋਈ ਜਾਂਦਾ ਹੋਈ ਜਾਂਦੇ ਆ ਫੋਨ ਆ ਗਿਆ ਮੈਂ ਤਾਂ ਜਾਣਾ ਕਿਤੇ ਮੇਰੀ ਗੱਲ ਸੁਣਾ ਉਹ ਸੰਦੀਪ ਵਾਲੀਆਂ ਐਨਕਾਂ ਪਈਆਂ ਨੇ ਕਿਤੇ ਮਾੜਾ ਜਿਹਾ ਮੈਂ ਜਾ ਕੇ ਆਉਣਾ ਕਿਤੇ ਮੇਰੇ ਕੋਲ ਐਨਕਾਂ ਉਹਨੂੰ ਕਹੇਗੇ ਸੰਦੀਪ ਨੂੰ ਪਤਾ ਹੁੰਦਾ ਐਨਕਾਂ ਦਾ ਤਾਂ ਅੱਛਾ ਹਾਂ ਮੈਂ ਉਠਾ ਕੇ ਸੱਲਾ ਜਿਹਾ ਦਿਖਾ ਕੇ ਆਉਣਾ ਥੋੜਾ ਤਾਂ ਚੱਲੇ ਜਾਓ ਮੇਰਾ ਤਾਂ ਲੱਖ ਰੁਪਏ ਦਾ ਉਂ ਗਲ ਪਏਗਾ ਮੈਂ 1.5 ਲੱਖ ਪਹਿਲਾਂ ਫੜ ਲਿਆ ਤੀ ਇਹਦੇ ਕਰਕੇ ਮਾਂ ਚੱਲ ਭਾਈ ਹੁਣ ਸੀਜ਼ਨ ਚੱਲ ਪੂਗਾ ਮੋੜ ਦਾਂਗੇ ਉਹਦਾ ਮੇਰਾ ਸਾਲਾ
ब्याज भाई दुगना पैन लग गया, कम कोई होंदा नहीं, मैं तो इहदे जोगी रह गया हुण। हल तो हूं मैं करी जाना, मैं तेन दसा थोड़ा रगड़ का साई चली जाऊ भाई, बहां कहाड़िया कड़ लैने फिर पा दिनो कड़ लो फिर पा दिनो, मेरी गल सुन लो जी, उन्होंने तला ला दो, आप जा रहे हैं, ये नहीं पता मेरा महीना ना मुड़ा दो महीने ना मुड़ा, ठीक है अपनी हूँ रोटी ना लाओ भाई। बे कोई ना तू बागत जाएगी रामे जिथे जाना हाँ। बे ओदा भी कोई उगस उग दस दे फिर किधर उजड़े होना, हूँ मालक ही दसणगे आप नहीं दस सकते, एडा हों मेरा छड़ा तड़के मैं मिस कॉल मार दा, मैं कॉल बैक आप करदा, करया नहीं मेरे छड़े हरामी ने, क्यों वो लाभो दी नाल तां नहीं करया, फिर हूं मैं कुछ ना कर लेके दौड़ा तू पा, मैं तो आप जाना, चंगा ओके भाई टाटा मिच जू, नवा स्यापा होर खड़ा होगा जान, कहना तो लेके भज गया, कुछ सच्ची गल ना हो बे, है पहला कट्टा भज गया, ओदी बहू भज गई, है फिर वह संदीप की बहू भज गई, और संदीप का नहीं कोई सुख निकलता, तड़की बाज ना हथ ने घर आके मुड़ता, हूँ रुड़ जाना ये लाभ उन्होंने लैके निकल गया, मैं की करा कि जून है मेरी इस घर च, सारे दिन लोगों के लांबे, लोगों के लांबे, कोई मेरे कुछ दस के जाता है, कोई मेरे कुछ दस के जाता है, साडा घर तो लोगों ने फिल्म बना रखे नपुत्या ने सिनेमा जमा, मैं तो आप चक्के चौल आपके पिंड वग जानी हाँ, जे इन खाबे खड़ के मैं तो ए लगता है भी इस घर के किसी ने कुछ कराता, जोड़ा भी आता मेरे घर च उस की जनानी भज जाती है, वह कट्टे की जनानी भज गई, है और जिंदर की सीरी ना होया बह बह जाना वो जनानी नहीं रही वह भी भज गई, और संदीप बहया थी वो जनानी भज गई, आ हूँ उ गल आ लाभे की लाभ उजड़ गई लैके, आ साडे वाले कंजर का की बनूगा, इन तो तवा लवा लिया जमा तवा लोगों तो घर आके मेरे ना लड़ता है मैनू मत्ता दिता है, आ जान दे अज पूछ दी हाँ, मैं तो आप जाके जुनी भाजूंगी, फड़ ले मेरी पूछ जी फड़नी है, हजे के प्रोग्रामा तो नहीं आता, अगे सिलेंडर आए मगर गया धी भी लंघ गए, अगे ये चंगे भले इधर दी बार मूर दे आने होंगे धी, पता नहीं की हो गया हम इधर दी लंघन लग गए, और एसपी ओए की हाल है निकू, ਕਿਵੇਂ ਆ ਭਾਈ? ਵਧੀਆ ਠੀਕ ਹੈ, ਸੁੱਟਕ ਨਹੀਂ ਪੈਸੇ ਰਹਿੰਦੇ ਭਾਈ ਤਿੰਨ ਸਾਲਾਂ ਦੇ, ਤਿੰਨ ਸਾਲਾਂ ਦੇ, ਤਿੰਨ ਸਾਲਾਂ ਦੇ, ਹਾਂ ਹਿਸਾਬ ਨਿਕਲਿਆ ਤੁਹਾਨੂੰ ਕਈ ਵਾਰੀ ਕਹਿਤਾ ਹਿਸਾਬ ਕਰ ਦਿਓ, ਰਿੰਕੂ ਬਾਈ ਤੂੰ ਭੁੱਲ ਗਿਆ ਹੋਵੇਂਗਾ ਮੈਂ ਗੂਗਲ ਪੇ ਕਰ ਗਿਆ ਤੀ ਯਾਰ ਤੈਨੂੰ, ਕਰੇ ਨਹੀਂ ਬਾਈ, ਹੈਂ ਤਿੰਨ ਚਾਰ ਟਿੱਪਾਂ ਪੈ ਗਈਆਂ, ਤਿੰਨ ਚਾਰ ਟਿੱਪਾਂ ਬਾਈ ਕਾਜ ਪੈ ਗਈਆਂ ਯਾਰ, ਇੱਕੋ ਵੱਡਾ ਸਾਰਾ ਮੋਟਰਸਾਈਕਲ ਹੈ ਤੁਹਾਡੇ ਪਾਸ, ਤੁਹਾਡੇ ਲਵੇ ਪਲਸਰ, ਸਾਡੇ ਲਵੇ ਕਿੱਥੇ ਹੈ, ਪਤਾ ਨਹੀਂ ਹੈਗਾ ਨਾ ਹੈਗਾ, ਉਹ ਤੇ ਟਿੱਪ ਹੋਈ ਹੈ ਠੀਕ ਹੈ, ਦੋ ਵਾਰੀ ਕੌਣ ਪੁਆ ਕੇ ਲਿਆ, ਤੇਰਾ ਪਾਪਾ ਲੈ ਕੇ ਆ ਠੀਕ ਆ, ਮੇਰਾ ਪਾਪਾ ਹਾਂ, ਨਾ ਉਹ ਵੱਡੀ ਮਸ਼ੀਨ ਲਿਆ ਟਾਇਰ, ਉਹ ਵੱਡਾ ਟਾਇਰ ਠੀਕ ਆ, ਮਸ਼ੀਨ ਲਿਆ ਹਾਂ, ਉਹਦਾ ਪੈਂਚਰ ਲਾਇਆ ਇੱਕ, ਉਹ ਵੱਡੀ ਮਸ਼ੀਨ ਸਾਡੇ ਕਿੱਥੇ ਆ ਯਾਰ, ਪਤਾ ਨਹੀਂ ਬਾਈ ਉਹਨੇ ਭੇਜਿਆ ਠੀਕ ਆ, ਮੈਂ ਲਾਤਾ ਠੀਕ ਆ, ਇੱਕ ਜਵਾਕ ਸਾਈਕਲ ਲੈ ਕੇ ਗਿਆ 1500 ਦੀ, ਜਵਾਕ ਜਵਾਕ ਨਾ ਸਾਡੇ ਜਵਾਕ ਹੈ ਨੇ, ਕੋਈ ਤੇਰੇ ਪਾਪੇ ਨੇ ਭੇਜਿਆ ਕਹਿੰਦਾ ਸਾਈਕਲ ਦੇ ਦੇ, ਮੈਂ ਠੀਕ ਆ ਯਾਰ, ਹੱਥ ਹੋ ਬਾਕੀ ਤੁਸੀਂ ਪਤਾ ਕਰ ਲੈ ਘਰੇ ਰਾਇ ਕਰ ਲੈ ਬਾਈ, ਉਹ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ, ਐ ਯਾਰ ਸਾਈਕਲੀ ਵਾਲੀ ਗੱਲ ਤਾਂ ਮੈਨੂੰ ਜਮੀ ਨਹੀਂ ਯਕੀਨ ਆਉਂਦਾ, ਸਾਈਕਲੀ ਕੌਣ ਲੈ ਗਿਆ, 3 ਸਾਲ ਹੋ ਗਏ ਕੰਮ ਕਰਦੇ ਨੂੰ, ਤੁਸੀਂ ਕਹਿੰਦੇ ਨੇ ਮੈਂ ਤੁਹਾਡਾ ਕੰਮ ਕਰਦਾ ਨਾ ਕਰਦਾ, ਚੱਲ ਉਹ ਤਾਂ ਰਿੰਕੂ ਯਾਰ ਤੇਰੇ ਆਪਣਾ ਭਾਈਚਾਰਾ ਵਧੀਆ, ਫਿਰ ਵੀ ਬਸ ਉਹਨੂੰ ਰੋਕਿਆ ਨਹੀਂ, ਤੁਸੀਂ ਕਹਿੰਦੇ ਹੱਥ ਟਾਇਟ ਹੋ ਰਿਹਾ ਖੜੇ, ਚੱਲ ਤੂੰ ਐਂ ਕਰੀ ਬਾਈ ਬਣ ਕੇ ਠੀਕ ਆ, ਚੱਲ ਪੈਸੇ ਤਾਂ ਮੈਂ ਦੇ ਜੂੰ ਯਾਰ ਜਿਹੜੇ ਹੈਗੇ ਨੇ, ਗਾਹਾਂ ਵਾਲੀ ਵਾਰੀ ਨਾ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਆ ਸਾਡੇ ਨਾਂ ਤੇ ਕੋਈ ਚੀਜ਼ ਲਿਆਂਦਾ ਮੈਨੂੰ ਫੋਨ ਕਰਿਆ ਕਰ ਪਹਿਲਾਂ, ਠੀਕ ਹੈ ਚੰਗਾ, ਮੈਂ ਆਪੇ ਪੈਸੇ ਦੇਊਂ, 4 ਤਾਂ ਯਾਰ ਸਾਡੇ ਸਾਧਨ ਨੇ ਬਾਈ, ਟਰੈਕਟਰ ਹੋ ਗਿਆ ਗੱਡੀ ਹੋ ਗਈ ਉਹ ਘਰੇ ਖੜੇ ਰਹਿੰਦੇ ਨੇ, ਦੋ ਮੋਟਰਸਾਈਕਲ ਉਹ ਮੈਂ ਚਲਾਉਣਾ, ਜੇ ਕੁਛ ਹੋਊਗਾ ਉਹ ਮੈਂ ਸਵਰਾਉਂਗਾ, ਪੈਂਚਰ ਮੈਂ ਲਵਾਉਂਗਾ, ਮੈਨੂੰ ਤਾਂ ਕਿਸੇ ਗੱਲ ਦੀ ਨਹੀਂ ਪਤਾ ਹੈਗਾ, ਤੇਰਾ ਪਾਪਾ ਭੇਜਦਾ ਕਹਿੰਦਾ ਰਿੰਕੂ ਤੇ ਵਾਇਆ ਪੈਂਚਰ ਵਾ ਲਿਆ, ਉਹਦੇ ਨਾਂ ਤੇ ਮੈਂ ਲਿਖੀ ਇਹਨਾਂ ਪੈਸੇ ਹੋਣਾ, ਚੱਲ ਕੋਈ ਗੱਲ ਨਹੀਂ ਰਿੰਕੂ ਤੈਨੂੰ ਮੈਂ ਗੂਗਲ ਪੇ ਕਰ ਦੂੰ ਜਾ ਕੇ, ਚੰਗਾ ਬਾਕੀ ਮੈਂ ਤੂੰ ਇੱਕ ਵਾਰੀ ਕਾਪੀ ਤੇ ਚੈੱਕ ਕਰ ਲੈ ਸਮਾਰ ਕੇ ਵੀ ਸਾਡਾ ਹੀ ਆ, ਮੈਂ ਚੈੱਕ ਕਰ ਲਿਆ ਸਾਰਾ ਕੁਝ ਪਾਇਆ ਹੋਇਆ, ਨਾਮ ਪਾਇਆ ਤੇਰੇ ਡੈਡੀ ਦਾ, ਤੇਰਾ ਹੀ ਨਾਮ ਪਾਇਆ ਹੋਇਆ, ਤਰੀਕ ਵੀ ਪਾਈ ਹੋਈ ਸਾਰਾ ਕੁਝ ਪਾਇਆ, ਡੇਟ ਸਾਰਾ ਕੁਝ, ਚੱਲ ਮੈਂ ਤੇਰੇ ਕੋਲ ਵਿਹਲੇ ਟਾਈਮ ਆਉਣਾ, ਮੈਂ ਕਾਪੀ ਵੀ ਦੇਖ ਕੇ ਜਾ, ਬਾਕੀ ਤੂੰ ਘਰੇ ਹੀ ਰਾਏ ਕਰੇ, ਮੈਂ ਤੇਰੇ ਨੰਬਰ ਤੇ ਪੈਸੇ ਭੇਜ ਦੂੰ, ਠੀਕ ਆ ਰਿੰਕੂ, ਗਾਹਾਂ ਨੂੰ ਮੈਨੂੰ ਫੋਨ ਕਰਿਆ ਕਰ ਜਿਹੜਾ ਕੋਈ ਪੈਂਚਰ ਲਵਾਉਣਾ ਹੁੰਦਾ ਸਾਡੇ ਨਾਂ ਤੇ, ਜਿਹੜਾ ਕੋਈ ਚੀਜ਼ ਲਿਆਂਦਾ ਠੀਕ ਆ ਬਾਈ, ਅੱਗੇ ਤਾਂ ਮੈਂ ਤੈਨੂੰ ਫੋਨ ਕਰ ਲੈ ਕੇ ਠੀਕ ਆ, ਆਹੋ ਨਹੀਂ ਫਿਰ ਐਂ ਕਰੀ ਜਿਹੜਾ ਬਾਈ ਕੋਈ ਚੀਜ਼ ਲੈ ਕੇ ਜਾਂਦਾ ਜਾਂ ਪੈਂਚਰ ਲਵਾ ਕੇ ਜਾਂਦਾ ਫਿਰ ਪੈਸੇ ਉਸੇ ਤੂੰ ਲੈ, ਮੈਂ ਅੱਗੇ ਤਾਂ ਕੰਮ ਹੀ ਨਹੀਂ ਕਰਦਾ ਬਾਈ, ਉਹਨੂੰ ਕਹਿ ਦਿਆ ਕਰ ਪਹਿਲਾਂ ਫੋਨ, ਬਸ ਠੀਕ ਆ ਮੈਨੂੰ ਫੋਨ ਕਰਤਾ, ਨਯਾ ਦੇਖ ਲਾ ਭਾਈ ਨੇ ਮੇਰੇ ਸਾਲ ਕੜੇ ਹੈ, ਦੇਖ ਭਾਈ ਦੇਖ ਲੈ, ਹੈ ਫੜਾਈ ਕੁੰਡਾ ਫੜਾ ਮੈਨੂੰ, ਹੈ ਮੇਰੇ ਸਾਲ ਕੜੇ ਕਿਵੇਂ ਕੱਢਿਆ ਜਲੂਸ, ਉੱਠੋ ਓਏ ਖੜਿਆ ਵਾ।